ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਇਤਿਹਾਸਿਕ ਸ਼ਹਿਰ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਦੇ ਵਿੱਚ ਸਾਡੀਆਂ ਪੁਲਿਸ ਦੀਆਂ ਬਟਾਲੀਅਨ, ਸਾਡੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਦੋਸਤੋ, 78 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਾਇਨੇ ਰੱਖਦੀ ਹੈ। 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ। ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਟੀਂਗਰਾ ਜੀ, ਕਿੰਨਿਆਂ ਕੁ ਦੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ, ਤਾਂ ਇਹ ਅੱਜ ਦਾ ਦਿਨ ਆਇਆ। ਪਹਿਲਾਂ ਤਾਂ ਸ਼ਹੀਦਾਂ ਦੇ ਰੂਪ 'ਚ ਸਾਨੂੰ ਹੀਰੇ ਖਵਾਉਣੇ ਪਏ, ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਹੰਡਾ ਰਹੇ ਸੀ। ਆ ਦੋਨੇ ਪੰਜਾਬਾਂ 'ਚ ਜਿਹੜੀ ਲਕੀਰ ਖਿੱਚੀ ਗਈ, ਜੋ ਖੂਨ ਖਰਾਬਾ ਹੋਇਆ, ਕਿਹਾ ਜਾਂਦਾ ਕਿ 10 ਲੱਖ ਦੀ ਗਿਣਤੀ ਦੇ ਨੇੜੇ ਤੇੜੇ ਕਤਲੇਆਮ ਹੋ ਗਿਆ। ਉਹ ਕੌਣ ਸੀ? ਉਹ ਸਾਡੇ ਹੀ ਨਾਨੇ ਨਾਨੀਆਂ ਸੀ, ਸਾਡੇ ਹੀ ਦਾਦੇ ਦਾਦੀਆਂ ਸੀ। ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ।